ਅੱਧੀ ਰਾਤੀ ਆਵਾਰਾ ਕੁੱਤਿਆਂ ਨੇ ਫੜੀਆਂ ਭੇਡ ਬੱਕਰੀਆਂ। ਹਮਲੇ 'ਚ ਕੁੱਤੇ ਖਾ ਗਏ 10 ਤੋਂ ਵੱਧ ਭੇਡਾਂ। ਕੁੱਤਿਆਂ ਦੀ ਦਹਿਸ਼ਤ ਤੋਂ ਬੱਚੇ ਵੀ ਡਰਦੇ ਨਹੀਂ ਨਿਕਲਦੇ ਬਾਹਰ। ਤਾਂ ਦੱਸ ਦਈਏ ਕਿ ਆਵਾਰਾ ਕੁੱਤਿਆਂ ਦਾ ਖੌਫ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਪੂਰੇ ਪਿੰਡ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ, ਜਿੱਥੇ ਇਹਨਾਂ ਨੇ ਅੱਧੀ ਰਾਤੀ ਭੇਡ ਬੱਕਰੀਆਂ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ 10 ਤੋਂ ਵੱਧ ਭੇਡਾਂ ਨੂੰ ਇਹ ਖਾ ਜਾਂਦੇ ਨੇ ਅਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ, ਜਦਕਿ ਅੱਧੇ ਦਰਜਨ ਤੋਂ ਵੱਧ ਭੇਡਾਂ ਇਸ ਹਮਲੇ ਦੇ ਵਿੱਚ ਜ਼ਖਮੀ ਹੋ ਗਈਆਂ, ਜਿਸ ਤੋਂ ਬਾਅਦ ਲੋਕ ਇਸ ਆਵਾਰਾ ਕੁੱਤਿਆਂ ਤੋਂ ਬਹੁਤ ਪਰੇਸ਼ਾਨ ਹੋ ਗਏ ਨੇ ਅਤੇ ਇਹਨਾਂ ਦਾ ਖੌਫ ਇੰਨਾ ਹੈ ਕਿ ਲੋਕ ਆਪਣੇ ਬੱਚਿਆਂ ਨੂੰ ਵੀ ਘਰੋਂ ਬਾਹਰ ਕੱਢਣ ਤੋਂ ਡਰਦੇ ਨੇ ਅਤੇ ਸਕੂਲ ਜਾਂਦੇ ਬੱਚੇ ਵੀ ਇਹਨਾਂ ਕੁੱਤਿਆਂ ਤੋਂ ਬਹੁਤ ਡਰਦੇ ਨੇ। ਤਾਂ ਦੱਸਦੇ ਕਿ ਮਾਮਲਾ ਸਮਾਣਾ ਤੋਂ ਸਾਹਮਣੇ ਆਇਆ, ਜਿੱਥੇ ਆਵਾਰਾ ਕੁੱਤਿਆਂ ਦੇ ਵੱਲੋਂ ਲੋਕਾਂ ਦੀ ਨੱਕ ਦੇ ਵਿੱਚ ਦਮ ਕੀਤਾ ਹੋਇਆ। ਤਾਂ ਇਹਨਾਂ ਦੇ ਵੱਲੋਂ ਭੇਡ ਬੱਕਰੀਆਂ 'ਤੇ ਹਮਲਾ ਕੀਤਾ ਗਿਆ, ਜਿਸ ਦੇ ਵਿੱਚ 10 ਬੱਕਰੀਆਂ ਦੀ ਮੌਤ ਹੋ ਗਈ, ਜਦਕਿ ਕਈ ਬੱਕਰੀਆਂ ਇਸ ਹਮਲੇ ਦੇ ਵਿੱਚ ਜ਼ਖਮੀ ਹੋ ਜਾਂਦੀਆਂ ਨੇ, ਜਿਨ੍ਹਾਂ ਦਾ ਕਿ ਇਲਾਜ ਚੱਲ ਰਿਹਾ। ਤਾਂ ਲੋਕ ਹੁਣ ਇਹਨਾਂ ਆਵਾਰਾ ਕੁੱਤਿਆਂ ਤੋਂ ਨਿਜਾਤ ਪਾਉਣਾ ਚਾਹੁੰਦੇ ਨੇ ਅਤੇ ਪ੍ਰਸ਼ਾਸਨ ਕੋਲੋਂ ਮੰਗ ਕਰ ਰਹੇ ਨੇ, ਕਿਉਂਕਿ ਵੱਡਾ ਨੁਕਸਾਨ ਇਹਨਾਂ ਦਾ ਹੋ ਗਿਆ, ਜਿੱਥੇ 10 ਤੋਂ ਵੀ ਵੱਧ ਭੇਡਾਂ ਇਸ ਦੇ ਵਿੱਚ ਮਰ ਜਾਂਦੀਆਂ ਨੇ, ਜਦਕਿ ਕਈ ਜ਼ਖਮੀ ਹੋ ਜਾਂਦੀਆਂ ਨੇ। ਮੇਰੇ ਲਵੇ 35-40 ਪਸ਼ੂ ਹੈਗੇ ਜੀ। ਅੱਜ ਕੀ ਵਾਰਦਾਤ ਹੋਈ, ਘਟਨਾ ਹੋਈ ਹੈ? ਵਾਰਦਾਤ ਇਹ ਰਾਤ ਦੇ 1:30 ਵਜੇ ਮਾਲ ਨੂੰ ਪਏ ਨੇ ਕੁੱਤੇ। ਕਿੰਨੇ ਕੁ ਝੁੰਡ ਸੀ? ਇਹ 7-8 ਦਾ ਝੁੰਡ ਹੈ ਜੀ। ਇਹਨਾਂ ਨੇ ਆ ਕੇ ਖਾਧਾ ਕੋਈ ਨਹੀਂ, ਸਾਰੇ ਮਾਰ ਮਾਰ ਕੇ ਸਿੱਟੇ ਨੇ। ਕਿੰਨੀ ਭੇਡਾਂ ਮਾਰਤੀਆਂ? ਮੇਰਿਆਂ 14 ਪਸ਼ੂ ਮਰ ਗਏ ਜੀ। ਜ਼ਖਮੀ ਕਿੰਨੇ? ਜ਼ਖਮੀ 3 ਜ਼ਖਮੀ ਨੇ ਜੀ, 11 ਦੀ ਮੌਤ ਹੈ। ਕਈ ਸਾਲ ਹੋ ਗਏ ਨਾ, ਤਾਂ 4-5 ਸਾਲ ਹੋ ਗਏ ਆਮ, ਤਾਂ ਊ ਜ਼ਿਆਦਾ 2 ਸਾਲ ਤੋਂ ਚੱਲਿਆ ਕੰਮ। ਆਪਣੇ ਮਿਸਤਰੀਆਂ ਦੀ ਗੁੜੀ ਇੱਕ ਆਪਣੇ ਆਪ ਸਕੂਲਾਂ ਨੇੜੇ ਆ ਜੀ, ਪੇਰੈਂਟਸ ਬੱਚਿਆਂ ਨੂੰ ਆਪ ਲੈ ਕੇ ਆਉਂਦੇ ਨੇ ਜੀ, ਆਪ ਛੱਡ ਕੇ ਜਾਂਦੇ ਨੇ ਕੁੱਤਿਆਂ ਤੋਂ ਡਰਦੇ। ਕਿੰਨੇ ਕੁ ਵਾਰ ਕੁੱਤੇ ਇੱਥੇ? ਕੁੱਤੇ ਬਹੁਤ ਨੇ ਜੀ, 25-25-30 ਕੁੱਤਿਆਂ ਦਾ ਇਕੱਠਾ ਝੁੰਡ ਹੈ ਜੀ। ਹਾਂਜੀ, ਖੇਤਾਂ 'ਚ ਵੀ ਖਤਰਾ ਜੀ, ਖੇਤਾਂ 'ਚ ਇਕੱਲਾ ਤਾਂ ਇਕੱਲੇ ਅਸੀਂ ਜਾਂਦੇ ਨਹੀਂ ਜੀ, ਜੇ ਜਾਂਦੇ ਤਾਂ ਡੰਡਾ ਸੋਟਾ ਲੈ ਕੇ ਜਾਂਦੇ ਹਾਂ। ਜ਼ਿਮੀਦਾਰ ਇਕੱਲਾ ਨਹੀਂ ਜਾ ਸਕਦਾ? ਨਹੀਂ ਜੀ ਜਾ ਸਕਦਾ, ਜੇ ਰਾਤ ਨੂੰ ਜੇ ਸੋਨੇ ਜੀ ਤਾਂ ਵੀ ਖਤਰਾ, ਵੀ ਸੁੱਤੇ ਪਏ ਖੇਤ 'ਚ, ਕਦੇ ਸੁੱਤੇ ਨਹੀਂ, ਜਿੱਦੇ ਦੇ ਵਾਰਾ ਕੁੱਤੇ ਖੇਤਾਂ 'ਚ ਅਟੈਕ ਕਰਨ ਲੱਗੇ ਨੇ, ਖੇਤ 'ਚ ਕੋਈ ਜ਼ਿਮੀਦਾਰ ਸੁਣਦਾ ਨਹੀਂ। ਕੀ ਮੰਗ ਕਰਦੇ ਪ੍ਰਸ਼ਾਸਨ? ਮੰਗ ਪ੍ਰਸ਼ਾਸਨ ਤੋਂ ਇਹ ਵੀ ਜਦ ਤੱਕ ਕੋਈ ਵਾਰਾ ਕੁੱਤਿਆਂ ਦਾ ਹੱਲ ਕਰੇ ਜੀ, ਜਿਵੇਂ ਪਹਿਲਾਂ ਦਵਾਈ ਵਗੈਰਾ ਪਾਉਂਦੇ ਸੀ, ਚਲੋ ਮੰਨਦੇ ਹਾਂ ਵੀ ਆਪਾਂ ਬਿਮਾਰੀ ਫੈਲਣ ਤੋਂ ਕੁੱਤਿਆਂ ਨੂੰ ਨਹੀਂ ਮਾਰ ਸਕਦੇ, ਪਰ ਇਹਨਾਂ ਦਾ ਕੋਈ ਹੱਲ ਤਾਂ ਹੋਵੇ ਨਾ ਜੀ, ਕਿਸੇ ਨਾ ਕਿਸੇ ਤਰ੍ਹਾਂ ਕੋਈ ਪ੍ਰਸ਼ਾਸਨ ਜਾਂ ਜਿਵੇਂ ਪੰਚਾਇਤ ਤੌਰ 'ਤੇ ਲਾ ਲਓ, ਪਿੰਡ ਲੈਵਲ 'ਤੇ ਲਾ ਲਓ, ਸਰਕਾਰ ਕੋਈ ਪਹਿਰਾਬੰਦੀ ਜਾਂ ਕੁਛ ਕਰੇ, ਹੈ ਨਾ।